ਅਕਾਲ ਜੀ, ਮੈਨੂੰ ਸ਼ਾਇਦ ਆਪਣੇ ਬਾਰੇ ਦੱਸਣ ਦੀ ਲੋੜ ਨਹੀਂ। ਜਿੰਨੇ ਪਿਆਰ ਕਰਨ ਵਾਲੇ ਹੈਗੇ ਪੰਜਾਬ ਦੇ ਵਿੱਚ ਜਾਂ ਬਾਹਰ ਬੈਠੇ ਸਾਰੇ ਫੋਰਨ ਵਾਲੇ ਸੱਜਣ ਮਿੱਤਰ ਭੈਣ ਭਰਾ ਮੈਨੂੰ ਜਾਣਦੇ ਨੇ, ਮੈਂ ਜਿਸ ਪਿੰਡ ਦੇ ਵਿੱਚ ਖੜਿਆ ਵੀਰੋ ਤੇ ਜਿਸ ਪਰਿਵਾਰ ਨੇ ਮੈਨੂੰ ਸਪੈਸ਼ਲ ਫੋਨ ਕਰਕੇ ਸੱਦਿਆ ਤੇ ਉਹਨਾਂ ਵਿੱਚ ਤੁਹਾਨੂੰ ਮੈਂ ਮਿਲਾਉਣਾ ਕਿ ਉਹਨਾਂ ਦੇ ਘਰ ਵਿੱਚ ਇੱਕ ਇੱਦਾਂ ਦਾ ਕਾਰਨਾਮਾ ਹੋਇਆ ਜਿਹਨੂੰ ਵੇਖ ਕੇ ਯਾਰ ਜਿਹੜਾ ਆਮ ਬੰਦਾ ਹੈਗਾ ਤਾਂ ਡਰ ਹੀ ਹੋਊਗਾ, ਖੜੇ ਤੇ ਇੱਕ ਅੱਧਾ ਜੀ ਗਿਆ ਉਹਨਾਂ ਦਾ। ਮੈਂ ਆਂਟੀ ਨਾਲ ਮਿਲਣਾ। ਆਂਟੀ ਕੀ ਹੋਇਆ ਆਪਣੇ ਘਰੇ? ਹਾਂ, ਕਾਕੇ ਤੱਕ ਸਵੇਰੇ ਮੈਂ ਉੱਠੀ ਆ ਔਰ ਤੇ ਸਾਰੀ ਮੈਂ ਜਦੋਂ ਦੇਖਿਆ ਮੇਰੇ ਨਿਗਾਹ ਪਈ, ਇੱਕ ਤਾਂ ਮੁਰਗੀ ਆ, ਦੋ ਆਂਡੇ ਆ, ਇੱਕ ਤਾਂ ਜਿੰਦਰਾ। ਇਹ ਤਾਂ ਕਿਸੇ ਨੇ ਭਾਈ ਟੂਣਾ ਜਿੱਦਾਂ ਕਰਾਇਆ ਹੋਵੇ ਵੀ ਇਹਨਾਂ ਦਾ ਕੰਮ ਬਚ ਜਾਵੇ ਜਾਂ ਵੀ ਆਹ ਇਹਨਾਂ ਤੇ ਕੋਈ ਪੁੱਠੀ ਪੈ ਜਾਵੇ ਤੇ, ਪਰ ਅਸੀਂ ਡਰਦੇ ਨੀ ਇਹਨਾਂ ਟੂਣਿਆਂ ਕੰਮਣਿਆਂ ਤੋਂ ਤੇ, ਪਰ ਫੇਰ ਵੀ ਜਿੱਦਾਂ ਇਹ ਕਿਸੇ ਨੇ ਕੀਤਾ ਕਰਵਾਇਆ। ਮਨ ਚ ਕੋਈ ਬੜਾ ਵਹਿਮ ਤੇ ਲੈ ਕੇ ਨਹੀਂ, ਪਰ ਅਸੀਂ ਨੀ ਡਰਦੇ ਹੈਗੇ। ਜਦੋਂ ਦੀਆਂ ਤੇਰੀਆਂ ਉਹ ਜਿਹੜੀਆਂ ਆਉਂਦੀਆਂ ਵੀਡੀਓ ਉਹ ਵੀ ਦੇਖੀ ਦੀਆਂ ਨੈਟ ਤੇ ਵਹਿਮ ਭਰਮ ਨਿਕਲਦੇ ਆ ਤੇ, ਪਰ ਫੇਰ ਵੀ ਜਿੱਦਾਂ ਇਹ ਤੂੰ ਲੋਕਾਂ ਨੂੰ ਚਾਨਣਾ ਪਾ, ਇਹਨਾਂ ਬਾਰੇ ਜਾਣਕਾਰੀ ਦੱਸ ਲੋਕਾਂ ਨੂੰ। ਬਿਲਕੁਲ ਆਂਟੀ, ਇਹ ਗੱਲ ਬਿਆਨ ਕੀਤੀ, ਸਾਰਾ ਪਰਿਵਾਰ ਡਰਿਆ ਸੀਗਾ। ਸਵੇਰੇ ਮੇਰਾ ਫੋਨ ਤੇ ਗੱਲ ਕੀਤੀ, ਮੈਂ ਮੇਰੇ ਫੇਸ ਤੋਂ ਨੰਬਰ ਚੱਕਿਆ। ਮੈਂ ਤੁਹਾਨੂੰ ਦੱਸਣਾ ਜਿਹਨੇ ਇਹ ਕਿੰਨੀ ਭੈੜੀ ਕਸੂਤ ਕੀਤੀ ਆ। ਆਹ ਦੇਖੋ ਜੀ, ਆਹ ਘਰ ਹੈਗਾ, ਸ਼ਾਇਦ ਇੱਥੋਂ ਕੁਝ ਨਿਕਲ ਕੇ ਆਇਆ ਕਿਸੇ ਨੇ। ਆਹ ਦੇਖੋ, ਦੋ ਆਂਡੇ ਪਏ ਆ, ਮੈਂ ਹੱਥ ਜਾਂ ਤੁਹਾਨੂੰ ਪਤਾ ਡਰ ਦੇ ਗੱਲ ਬਣੀ ਗਏ। ਆਹ ਦੇਖੋ ਜੀ, ਆਹ ਦੋ ਆਂਡੇ ਕਿਸੇ ਟੂਣਾ ਕੀਤਾ ਆ, ਇੱਕ ਜਿੰਦਰਾ ਲਾਇਆ ਵੀ ਇਹਨਾਂ ਦਾ ਕੰਮ ਬੰਦ ਹੋ ਜਾਵੇ, ਪਰ ਅੰਦਰ ਚਾਬੀ ਨਹੀਂ ਦੇ ਕੇ ਗਏ ਵੀ ਚਾਬੀ ਦੇਣ 'ਚ ਜਿੰਦਰਾ ਨਹੀਂ ਲੈ ਜਾਂਦਾ। ਉੱਤੋਂ ਮੁਰਗੀ ਦੇਖੋ ਜੀ, ਮੁਰਗੀ ਪੂਰੀ ਸ਼ਿੰਗਾਰ ਕੇ ਛੱਡੀ ਕਿਸੇ ਸਿਆਣੇ ਨੇ। ਆਹ ਸੰਦੂਰ ਲੱਗਿਆ ਮੁਰਗੀ ਨੂੰ, ਮੁਰਗੀ ਲੱਗਦਾ ਆਂਡੇ ਵਾਲੀ ਲੱਗਦਾ ਮੈਨੂੰ। ਸੋ ਮੈਂ ਤੁਹਾਨੂੰ ਜਿਹੜੀ ਪਹਿਲਾਂ ਗੱਲ ਕੀਤੀ ਸੀ ਨਾ ਸਿਆਣਿਆਂ ਬਾਰੇ ਗੱਲ ਕੀਤੀ ਸੀਗੀ ਕਿ ਜਿਹੜੇ ਸਿਆਣੇ ਹੁੰਦੇ ਨਾ, ਇਹ ਖੋਤੀ ਬਾਬੇ ਹੁੰਦੇ ਆ, ਇਹ ਸਾਨੂੰ ਲੁੱਟਦੇ ਆ। ਸੋ ਜਿਹਨੇ ਇਹ ਟੂਣਾ ਕੀਤਾ ਆ, ਪਹਿਲੀ ਗੱਲ ਤਾਂ ਉਸ ਸਿਆਣੇ ਨੂੰ, ਉਸ ਪਰਿਵਾਰ ਨੂੰ ਲੱਕ ਦੀ ਲਾਹਣ ਪਿਆ ਕਿ ਤੁਸੀਂ ਨਜਾਇਜ਼ ਦੇ ਕੰਮਾਂ 'ਚ ਲੱਗੇ ਹੋਏ ਆ। ਠੀਕ ਹੈ, ਗੁੱਸਾ ਨਾ ਮੇਰੀ ਗੱਲ ਤਾਂ ਕਰਿਓ। ਬਾਕੀ ਅਗਲੀ ਜਿਹੜੀ ਮੈਂ ਗੱਲ ਕਰਨ ਲੱਗਿਆ, ਮੈਂ ਕਿ ਅਸੀਂ ਅਸਲ 'ਚ ਸਿਆਣੇ ਹੁੰਦੇ ਕੌਣ ਆ ਅਤੇ ਸਿਆਣੇ ਦਾ ਕੰਮ ਕੀ ਆ? ਵੀਰੋ, ਜੋ ਅਸਲ ਸਿਆਣੇ ਹੁੰਦੇ ਨਾ, ਉਹਨਾਂ ਸਿਆਣਿਆਂ ਦੀ ਸਿਆਣਪ ਦੇਸ਼ ਦੇ ਹਿੱਤ ਵਾਸਤੇ ਅਤੇ ਸਮਾਜ ਦੇ ਹਿੱਤ ਵਾਸਤੇ ਕੰਮ ਕਰਦੀ ਆ। ਅੱਜ ਬਹੁਤ ਸਾਰਾ ਪਿੰਡ ਇਕੱਠਿਆ। ਹਾਂ ਵੀਰੇ, ਲੱਗ ਆ ਜਾਓ। ਹਾਂਜੀ, ਆ ਵੀ ਭੈਣ ਜੀ ਆ ਗੱਲ। ਹਾਂਜੀ, ਮੈਂ ਤੁਹਾਨੂੰ ਇਹੀ ਕਹਿੰਦਾ ਕਿ ਜੇ ਸਭ ਤੋਂ ਵੱਡੀ ਵੀਰੋ ਮੈਂ ਮਿਸਾਲ ਦੇਵਾਂ ਨਾ, ਡਾਕਟਰ APJ ਅਬਦੁਲ ਕਲਾਮ ਸਾਡੇ ਰਹਿ ਚੁੱਕੇ ਰਾਸ਼ਟਰਪਤੀ ਦੇਸ਼ ਦੇ, ਉਹਨੇ ਸਾਰੀ ਜ਼ਿੰਦਗੀ ਟੈਕਨੋਲੋਜੀ ਦੇ ਖੇਤਰ ਵਿੱਚ ਦੇਸ਼ ਨੂੰ ਉੱਪਰ ਚੱਕਿਆ ਅਤੇ ਸਾਰੀ ਉਮਰ ਵਿਆਹ ਨਹੀਂ ਕਰਾਇਆ। ਉਸ ਤੋਂ ਅੱਗੇ ਸਭ ਤੋਂ ਵੱਡੀ ਮਿਸਾਲ ਜੇ ਦੇਣਾ ਕਿ ਮੈਂ ਕਲਪਨਾ ਚਾਵਲਾ ਵਰਗੀ ਧੀ, ਜਿਸਨੇ ਭਰ ਜਵਾਨੀ ਜ਼ਿੰਦਗਾਨੀ ਆਪਣੇ ਦੇਸ਼ ਦੇ ਲੇਖੇ ਲਾਈ ਅਤੇ ਖੋਜ ਕਰਦੀ ਰਹੀ। ਇਹ ਹੁੰਦੇ ਨੇ ਸਿਆਣਪ, ਇਹਨਾਂ ਦੀ ਸਿਆਣਪ ਦੇਸ਼ ਦੇ ਲੇਖੇ ਕੰਮ ਹੁੰਦੀ ਆ। ਆਹ ਨਹੀਂ ਉਹ ਸਿਆਣੇ ਆਹ ਕੁਝ ਨਹੀਂ ਕਰਦੇ, ਆ ਟੂਣੇ ਰੱਖ ਕੇ ਆਹ ਕਰਕੇ। ਇੱਕ ਦਿਮਾਗ ਵਾਲੇ ਬੰਦੇ ਨੇ ਕੀ ਕੀਤਾ? ਕੰਪਿਊਟਰ ਬਣਾਇਆ, ਕੰਪਿਊਟਰ ਬਣਾ ਦਿੱਤਾ। ਅਸੀਂ ਕੀ ਕੀਤਾ? ਅਸੀਂ ਇੰਡੀਆ ਨੇ ਕੀ ਕੀਤਾ ਆ? ਅਸੀਂ ਉਸੇ ਕੰਪਿਊਟਰ ਨੂੰ ਕੁੰਡਲੀਆਂ ਬਣਾ ਬਣਾ ਕੇ ਉਸਨੂੰ 605 ਵਿੱਚ ਪਾ ਦਿੱਤਾ। ਜੇ ਰਾਹ ਸਿਆਣਪ ਹੁੰਦੀ ਆ, ਉਹ 'ਚ ਜੋ ਅਸੀਂ ਕੁੰਡਲੀਆਂ ਕੱਢੀ ਜਾਂਦੇ ਆ। ਫਿਰ ਇੱਕ ਦੇਖੋ, ਹੋਰ ਦੇਖੋ, ਗ੍ਰਹਿਆਂ ਉਪਗ੍ਰਹਿਆਂ ਦੀਆਂ ਖੋਜਾਂ ਹੋਈਆਂ ਅਸਮਾਨ ਦੇ ਵਿੱਚ। ਅਸੀਂ ਉਹਨਾਂ ਗ੍ਰਹਿਆਂ ਨੂੰ ਲੋਕਾਂ ਦੇ ਦੱਸੇ ਕਸ਼ਟ ਵੀ ਤੁਹਾਡੇ 'ਤੇ ਸ਼ੁੱਕਰ ਗ੍ਰਹਿ ਭਾਰੀ ਆ ਜੀ, ਤੁਹਾਡੇ 'ਤੇ ਸ਼ਨੀ ਗ੍ਰਹਿ ਭਾਰੀ ਆ ਜੀ, ਤੁਸੀਂ ਮਰ ਜਾਓਗੇ, ਫਲਾਣਾ ਹੋਈ, ਤੁਸੀਂ ਮੁੰਗਲੀ ਗਿਆ। ਅੱਛਾ, ਇੰਨੇ ਬੇਵਕੂਫ ਜੋਸ਼ੀ ਆ, ਭੋਲੇ ਭਾਲੇ ਲੋਕਾਂ ਨੂੰ, ਚੜ੍ਹਦੀ ਉਮਰ ਦੇ ਮੁੰਡੇ ਆ, ਉਹਦੇ ਫੇਰੇ ਪਹਿਲੇ ਕਿੰਨੇ ਕਰਾਈ ਜਾਂਦੇ ਆ, ਪਿੱਪਲ ਦੇ ਫੇਰੇ ਕਰਾਈ ਜਾਂਦੇ ਆ। ਯਾਰ ਫੜੇ ਮੂੰਹ ਉਹਨਾਂ ਦੇ ਯਾਰ, ਇਹ ਸਿਆਣਪ ਹੁੰਦੀ ਆ। ਇੱਕ ਗਰੀਬ ਬੰਦਾ ਯਾਰ, ਪਤਾ ਨਹੀਂ ਕਿੱਦਾਂ ਰੋਟੀ ਪਾਣੀ ਘਰੇ ਉਹਨਾਂ ਦੇ ਪੱਕਦਾ ਕਿ ਨਹੀਂ ਪੱਕਦਾ, ਉਹ ਦੋ ਟਾਈਮ ਦੀ ਰੋਟੀ ਖਰੇ ਪੱਕਦੀ ਨਹੀਂ ਪੱਕਦੀ, ਜਵਾਕਾਂ ਦੇ ਮੂੰਹ 'ਚ ਰੋਟੀ ਕੱਢ ਕੇ ਤੁਹਾਨੂੰ ਲਿਆ ਕੇ ਪੈਸੇ ਦਿੰਦਾ ਕਿ ਨਹੀਂ ਦਿੰਦਾ, ਅਤੇ ਤੁਸੀਂ ਲੈ ਕੇ ਕਿਹੜੇ ਕੰਮਾਂ 'ਚ ਪਾਉਂਦੇ ਆ?
ਤੁਹਾਡੀ ਇਹ ਸਿਆਣਪ ਆ ਯਾਰ, ਤੁਸੀਂ ਇਸ ਕੰਮ ਨੂੰ ਸਿਆਣੇ ਜਾਂ ਜੋਸ਼ੀ ਕਹਿੰਦੇ ਆ? ਤੁਸੀਂ ਆਹ ਕੰਮ ਨੂੰ ਆਪਣੀ ਜੋਸ਼ ਵਿੱਦਿਆ ਦੱਸਦੇ ਆ ਕਿ ਤੁਸੀਂ ਆਪ ਖੋਤੀ ਬਾਬੇ ਬਣੇ ਹੋਏ ਆ? ਜਵਾਕਰ ਮੋਹ ਰੋਟੀ ਕੱਢ ਕੇ ਗਰੀਬ ਬੰਦਾ ਲੈ ਕੇ ਆਉਂਦਾ, ਕਿਸੇ ਗਰੀਬ ਘਰੇ ਕੋਈ ਟੂਣਾ ਕਰਕੇ ਗਿਆ, ਆਹ ਜਿੰਦਾ ਵੀ ਚੱਕ ਲਾ। ਆਹ ਦੇਖੋ ਇਹ ਸਿਆਣਪ ਨਹੀਂ ਹੁੰਦੀ। ਸਿਆਣਾ ਬੰਦਾ ਚਾਰਾਂ ਰੋਟੀ ਵਿੱਚ ਹੋਰ ਪਾਉਂਦਾ ਆ, ਆਪ ਰੋਟੀ ਖਾਂਦਾ ਨਾ, ਕਿ ਲੁੱਟਦਾ ਆ ਨਾ ਉਹ। ਪਰ ਤੁਹਾਨੂੰ ਕੀ ਲੱਗੇ, ਤੁਹਾਨੂੰ 10,000, 20,000, 15,000 ਤੁਹਾਨੂੰ ਪੀਸਾਂ ਤੱਕ ਮਤਲਬ ਲਿਆ। ਅਗਲਾ ਕੋਈ ਮਰੇ ਕੋਈ ਜੀਵੇ ਜੀ ਖੁਸਰਾ ਭੋਲ ਪਤਾਸਾ ਪੀਵੇ। ਤੁਸੀਂ ਕੋਈ ਚੰਗੇ ਕੰਮ ਕਰੋ, ਤੁਹਾਡੇ ਕੋਲ ਜੋ ਕਿ ਗਰੀਬ ਤਰ੍ਹਾਂ ਚੱਲ ਕੇ ਆਉਂਦਾ ਆ, ਤੁਸੀਂ ਉਹਨੂੰ ਚੰਗੀ ਸੇਧ ਦਿਓ, ਤੁਸੀਂ ਉਹਨੂੰ ਕੋਈ ਉਹਨੇ ਦੁੱਖਾਂ ਦਾ ਹੱਲ ਤਰਕ ਦੇ ਆਧਾਰ ਤੇ ਕਰੋ, ਵਿਗਿਆਨਿਕ ਤਰੀਕੇ ਨਾਲ ਕੋਈ ਹੱਲ ਕਰੋ। ਤੁਹਾਨੂੰ ਮੈਂ ਤਾਂ ਸਿਆਣੇ ਮੰਨਦਾ, ਨਹੀਂ ਤਾਂ ਮੇਰੀ ਨਜ਼ਰ ਸਿਆਣਾ ਬੰਦਾ ਉਹੀ ਆ ਜਿਹੜਾ ਬੰਦਾ ਜਗਿਆਸੂ ਹੁੰਦਾ ਆ, ਕਿਸੇ ਚੀਜ਼ ਤੇ ਅੰਨਾ ਵਿਸ਼ਵਾਸ ਨਹੀਂ ਕਰਦਾ, ਤੇ ਬਾਕੀ ਨਾਲ ਦੀ ਨਾਲ ਵਿਸ਼ਵਾਸ ਵਾਲੀ ਚੀਜ਼ ਨੂੰ ਕੀ, ਕਿਉਂ, ਕਿਵੇਂ, ਕਿੱਦਾਂ, ਕਿੱਥੋਂ ਦੀ ਕਸਵੱਟੀ ਤੇ ਪਰਖਦਾ ਆ। ਕੋਈ ਘਟਨਾ ਵਾਪਰਦੀ ਆ ਉਸ ਨੂੰ ਵੀ ਅਤਰਕ ਦੇ ਆਧਾਰ ਨਾਲ ਦੇਖਦਾ, ਉਹ ਬੰਦਾ ਸਿਆਣਾ ਆ। ਬਾਕੀ ਮੈਂ ਪਰਸਨਲੀ ਇਹਨਾਂ ਬਾਬਿਆਂ ਦੇ ਖਿਲਾਫ਼ ਨਹੀਂ ਹੈਗਾ, ਨਾ ਜੋਸ਼ ਵਿੱਦਿਆ ਦੇ, ਨਾ ਜੋਸ਼ੀਆਂ ਦੇ ਖਿਲਾਫ਼ ਹੈਗਾ। ਜੇ ਖਿਲਾਫ਼ ਆ ਇਹਨਾਂ ਪਤੰਦਰਾਂ ਦੇ ਪੁੱਠੇ ਸਿੱਧੇ ਕੰਮਾਂ ਤੋਂ ਆ ਮੈਂ। ਜਦੋਂ ਇਨਸਾਨ ਦੀ ਲੁੱਟ ਇਨਸਾਨ ਦੇ ਹੱਥੋਂ ਲੱਗ ਪਵੇ ਨਾ, ਉਦੋਂ ਸਮਝੋ ਵੀਰੋ ਦੇਸ਼ ਦਾ ਬੇੜਾ ਗਰਕ ਹੋਣ ਦੇ ਕਿਨਾਰੇ ਤੇ ਹੁੰਦਾ, ਚਾਹੇ ਉਹ ਲੁੱਟ ਸਰਕਾਰਾਂ ਵੱਲੋਂ ਹੋਵੇ ਤੇ ਚਾਹੇ ਉਹ ਲੁੱਟ ਇਹਨਾਂ ਖੋਤੀ ਬਾਬੇ ਤੇ ਪਖੰਡੀਆਂ ਵੱਲੋਂ ਹੋਵੇ, ਉਦੋਂ ਬੇੜਾ ਗਰਕ ਹੋ ਜਾਂਦਾ। ਸੋ ਮੈਂ ਤੁਹਾਨੂੰ ਚਲੋ ਆਹ ਸਮਾਨ ਛੱਡਣਾ ਐਨੀ ਗਾ, ਆਂਟੀ ਕਰਵਾਉਣਾ ਕਿਸੇ ਗੱਲੋਂ, ਠੀਕ ਹੈ ਨਾ? ਇਹ ਸਮਾਨ ਸਾਰਾ ਮੈਂ ਲੈ ਜਾਣਾ। ਕਾਕੇ ਇੱਕ ਚਮਚਾ ਲਿਆ, ਚਲੋ ਉੱਤੋਂ ਸਿਆਲ ਦਾ ਮਹੀਨਾ ਆ, ਆਂਡੇ ਮੈਂ ਇੱਥੇ ਪੀ ਲੈਣੇ ਆ। ਵੈਸੇ ਆਂਡੇ ਮੈਂ ਵੈਸੇ ਚਲੋ ਪੀ ਲਈ ਦੇ, ਵੱਡੀ ਗੱਲ ਨਹੀਂ। ਅਭੀ ਕਾਕੇ ਚਮਚਾ ਲਿਆ, ਚਮਚਾ ਤੇ ਮੁਰਗੀ ਆਪਾਂ ਹੁਣ ਸਿਆਣੀ ਮਹੀਨਾ ਘਰੇ ਜਾ ਕੇ ਬਣਾ ਕੇ ਖਾ ਲੈਣੀ ਆ, ਇਹ ਆਂਡੇ ਪੀ ਜਾਣੇ ਆ। ਹੁਣ ਇਹ ਕਿਸੇ ਨਾ ਇਹਨੇ ਘਰੇ ਮਸਾਣੀ ਕੀਤੀ ਆ, ਕਾਲਾ ਸੰਦੂਰ ਲਾਇਆ, ਮਸਾਣੀ ਛੱਡੀ ਕਿਸੇ ਨੇ, ਮਸਾਣੀ ਕਹਿੰਦੇ ਵੀ ਮਸਾਣੀ ਪਿੰਡਾਂ ਹੀ ਕਹਿੰਦੇ ਆ। ਲੈ ਵੀ ਮਿੱਤਰਾ ਆਹ ਜਿਹੜੀ ਮਸਾਣੀ ਮੈਂ ਲੱਗਿਆ ਖਾਣ, ਤੇ ਦੇਖਦੇ ਆ ਉੱਤੋਂ ਬਣਦਾ ਸੰਦੂਰ ਲੱਗਿਆ। ਸਾਡੇ ਮਸਾਣੀ ਆਏ ਆ, ਮੈਂ ਇਹਦਾ ਮਿੱਤਰ ਮਸਾਣੀ ਕਿੰਨਾ ਕੰਮ ਕਰਦੀ ਆ। ਆਹ ਤੁਹਾਡੀ ਮੁਰਗੀ ਆਂਟੀ ਮੈਂ ਲੈ ਲੈਣੀ, ਠੀਕ ਆ? ਜਿਹੜੇ ਮਸਾਣੀ ਕੀਤੀ ਆ ਤੇ ਤੁਸੀਂ ਕਿਸੇ ਗੱਲੋਂ ਨਹੀਂ ਪਵਾਉਣਾ ਚੰਗਾ, ਤੇ ਇਹ ਮੈਂ ਵੀਰੋ ਬਣਾ ਕੇ ਖਾਣੀ ਆ, ਕਿਉਂਕਿ ਬਹੁਤ ਜਲਦੀ ਇੱਕ ਸਟੰਟ ਕਰਨ ਜਾ ਰਿਹਾ ਮੈਂ, ਤੇ ਉਹ ਡਾਇਟ ਦੀ ਬਹੁਤ ਲੋੜ ਆ, ਤੇ ਤੁਸੀਂ ਨਾ ਕੋਸ਼ਿਸ਼ ਕਰੋ ਬੱਕਰਾ ਬੋਲ ਰੱਖੋਗੇ ਤੇ ਮੇਰੇ ਵੀ ਕੰਮ ਆ ਜਾਵੇ। ਚੰਗਾ ਜੀ, ਡਰੋ ਕੀ ਰੋਲ, ਠੀਕ ਹੈ? ਤੁਸੀਂ ਕੋਈ ਡਰਨਾ, ਓਕੇ ਵੀਰੇ? ਬਹੁਤ ਜਲਦੀ ਆਪਾਂ ਕੋਈ ਹੋਰ ਗੱਲਬਾਤ ਲੈ ਕੇ ਮਿਲਾਂਗਾ, ਪਰ ਪਲੀਜ਼ ਬਾਬਿਓ ਤੇ ਸਿਆਣਿਓ ਇਹ ਕੰਮ ਛੱਡ ਦਿਓ, ਓਕੇ? ਸ਼ੁਕਰੀਆ। ਤੇ ਵੀਰੇ ਵੀਡੀਓ ਦੱਬ ਕੇ ਸ਼ੇਅਰ ਕਰੋ ਤਾਂ ਕਿ ਸਿਆਣਾ ਤੱਕ ਵੀਡੀਓ ਪਹੁੰਚ ਸਕੇ, ਤੇ ਉਹ ਜਿਹਨੇ ਮਸਾਣੀ ਛੱਡੀ ਆ ਉਹਨਾਂ ਤੱਕ ਪਹੁੰਚ ਸਕੇ, ਓਕੇ?